ਮੈਂ ਸਰਵਣ ਸਿੰਘ ਪੰਦੇਰ ਜੋ ਦੋਵਾਂ ਫੋਰਮਾਂ ਵੱਲੋਂ ਅੱਜ 1 ਅਗਸਤ ਨੂੰ ਆਲ ਇੰਡੀਆ ਪੱਧਰ 'ਤੇ ਮੋਦੀ ਸਰਕਾਰ ਦੇ ਅਰਥੀ ਫੁੱਕ ਮਜਾਰੇ ਹੋਣੇ ਆ ਸ਼ਿਵਾਸ਼ ਕਵੀਰਾਜ ਅਤੇ ਹੋਰ ਜਿਹੜੇ ਅਫਸਰਾਂ ਨੂੰ ਜਿਨ੍ਹਾਂ ਨੇ ਖਨੌਰੀ ਜਾਂ ਸ਼ੰਭੂ ਬਾਰਡਰ ਦੇ ਉੱਪਰ ਕਿਸਾਨਾਂ 'ਤੇ ਡਰੋਨਾਂ ਰਾਹੀਂ ਜ਼ਬਰਦਸਤ ਜ਼ਹਿਰੀਲੀਆਂ ਗੈਸਾਂ ਇਹਦੋ ਗਾਂ SLR ਦੇ ਫੈਰ ਬਾਇਲਟ ਗਨ ਦੇ ਫੈਰ ਰਬੜ ਦੀਆਂ ਗੋਲੀਆਂ ਔਰ ਜ਼ੁਲਮ ਘਟਾਏ ਆ ਔਰ ਇਹ ਕਹਿ ਕੇ ਸਨਮਾਨ ਕੀਤਾ ਜਾ ਰਿਹਾ ਵੀ ਇਹ ਕਿਸਾਨਾਂ ਨੂੰ ਰੋਕਣ 'ਚ ਕਾਮਯਾਬ ਹੋਇਆ। ਇਹ ਰੱਦ ਕਰਾਉਣ ਵਾਸਤੇ ਇਹਦੇ ਲਈ ਸਾਰੀ ਵਿਰੋਧੀ ਧਿਰ ਨੂੰ ਵੀ ਕਹਿੰਦੇ ਹਾਂ ਉਹ ਵੀ ਪਾਰਲੀਮੈਂਟ 'ਚ ਆਵਾਜ਼ ਚੱਕੇ। ਇਹ ਦੇਸ਼ ਦੇ 47 ਤੋਂ ਬਾਅਦ ਜਿਵੇਂ ਜਨਰਲ ਡਾਇਰ ਦਾ ਸਨਮਾਨ ਕੀਤਾ ਸੀ ਅੰਗਰੇਜ਼ਾਂ ਨੇ, ਹੁਣ ਸਾਡੇ ਵਾਲੇ ਕਾਲੇ ਅੰਗਰੇਜ਼ ਜਿਨ੍ਹਾਂ ਨੇ ਅਫਸਰਾਂ ਨੇ ਕਿਸਾਨਾਂ 'ਤੇ ਜ਼ੁਲਮ ਕੀਤਾ ਉਹਨਾਂ ਨੂੰ ਸਨਮਾਨ ਕਰ ਰਹੇ, ਸਨਮਾਨ ਰੱਦ ਹੋਣਾ ਚਾਹੀਦਾ ਵਾ। ਔਰ ਇਹਦੇ ਨਾਲ ਦੀ ਨਾਲ ਲੌਂਗ ਮਾਰਚ ਵੀ ਵਿਰੋਧੀ ਧਿਰਾਂ ਪਾਰਲੀਮੈਂਟ ਦੇ ਵਿੱਚ ਜਿਵੇਂ ਲਗਾਤਾਰ ਆਵਾਜ਼ ਚੁੱਕ ਰਹੀਆਂ ਨੇ MSP ਲੀਗਲ ਗਰੰਟੀ ਕਾਨੂੰਨ ਲਿਆਉਣ ਵਾਸਤੇ ਸਰਕਾਰ ਨੂੰ ਵਿਵਸ਼ ਕਰਨ, ਇਹ ਅੰਦੋਲਨ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਕਿਸਾਨਾਂ ਮਜ਼ਦੂਰਾਂ ਦੀਆਂ ਹਕੀਕੀ ਅਤੇ ਹੱਕੀ ਮੰਗਾਂ ਮੰਨਣ ਲਈ ਲਈਆਂ ਜਾਂਦੀਆਂ। ਬੇਸ਼ੱਕ ਅੱਜ ਪੂਰੇ ਪੰਜਾਬ ਦੇ ਵਿੱਚ ਬਰਸਾਤ ਹੋ ਰਹੀ ਆ, ਸਾਡੀ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਵੀ ਆਪਦੇ ਨਿੱਜੀ ਵਹੀਕਲਾਂ ਰਾਹੀਂ ਜਿਵੇਂ ਕਿਵੇਂ ਹੋ ਸਕਦਾ ਵੱਧ ਤੋਂ ਵੱਧ ਗਿਣਤੀ ਵਿੱਚ ਆਲ ਇੰਡੀਆ ਪੱਧਰ 'ਤੇ ਪੰਜਾਬ ਪੱਧਰ 'ਤੇ ਜਿੱਥੇ ਜਿੱਥੇ ਜਥੇਬੰਦੀਆਂ ਨੇ ਪ੍ਰੋਗਰਾਮ ਰੱਖੇ ਜ਼ਰੂਰ ਪਹੁੰਚਣ। ਔਰ ਅੰਮ੍ਰਿਤਸਰ ਦੇ ਵਿੱਚ ਅਸੀਂ ਕੰਪਨੀ ਬਾਗ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ 12 ਦਰੀ ਆ, 11 ਵਜੇ ਦਾ ਸਮੇਂ, ਉੱਥੇ ਇਕੱਠੇ ਹੋਵਾਂਗੇ। ਇਹ ਦੋ ਘੰਟੇ DC ਵਾਲੇ ਪਾਸੇ ਨੂੰ ਮਾਰਚ ਕਰਕੇ ਅਰਥੀ ਫੂਕ ਮੁਜ਼ਾਹਰਾ ਕਰਾਂਗੇ। ਧੰਨਵਾਦ।